ਸਾਤਸਿੰਗ ਦੀ ਵਾਇਗੁਰ ਦੀ ਕਖਾਲਸਾ ਵਾਇਗੁਰ ਦੀ ਕੀ ਫਤਿਹ ਅੱਜ ਅਸੀਂ ਨਾਨਕਸ਼ਹੀ ਕੈਲੰਡਰ ਦੇ ਬਾਰੇ ਕੁਝ ਕੁ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ ਜਦੋਂ ਨਾਨਕਸ਼ਹੀ ਕੈਲੰਡਰ ਨੂੰ ਅੱਜ ਦੇ ਸਮੇਂ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ ਜਾਂ ਅੱਜ ਦੇ ਸਮੇਂ ਵਿੱਚ ਜੋ ਗੱਲਬਾਤ ਨਾਨਕਸ਼ਹੀ ਕੈਲੰਡਰ ਦੇ ਬਾਰੇ ਕੀਤੀ ਜਾ ਰਹੀ ਹੈ ਅਸੀਂ ਉਹਨੂੰ ਥੋੜਾ ਜਆ ਸਮਝਣ ਦਾ ਯਤਨ ਕਰਨਾ ਹੈ ਕਿ ਕਿੱਥੋਂ ਤੱਕ ਨਾਨਕਸ਼ਾਹੀ ਕੈਲੰਡਰ ਦਾ ਜਿਹੜਾ ਮੁੱਦਾ ਹੈ ਸਹੀ ਹੈ। ਜਾਓ ਕਿਹੜੀਆਂ ਚੀਜ਼ਾਂ ਸਨ ਜਿਨ੍ਹਾਂ ਚੀਜ਼ਾਂ ਤੇ ਆਣ ਕੇ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਵਾਦ-ਵਿਵਾਦ ਨੂੰ ਫਜ਼ੂਲ ਦੇ ਵਿੱਚ ਵਧਾਇਆ ਗਿਆ ਸੀ। ਸਭ ਤੋਂ ਪਹਿਲਾਂ ਅਸੀਂ ਇਹ ਵਿਚਾਰਨ ਦਾ ਯਤਨ ਕਰਨਾ ਹੈ ਕਿ ਕੈਲੰਡਰ ਹੁੰਦਾ ਕੀ ਹੈ। ਵੈਸੇ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਵੱਖ-ਵੱਖ ਧਰਮਾਂ ਦੇ ਬਾਰੇ ਪੜ੍ਹਦੇ ਹਾਂ ਵੱਖ-ਵੱਖ ਧਰਮਾਂ ਦਾ ਜਾਂ ਵੱਖ-ਵੱਖ ਮਤਾਂ ਦਾ ਆਪੋ ਆਪਣਾ ਕੈਲੰਡਰ ਹੈ। ਉਦਾਹਰਨ ਦੇ ਤੌਰ ਤੇ ਜਿਹੜਾ ਇਸਲਾਮ ਮਤ ਹੈ ਉਹਨਾਂ ਦਾ ਆਪਣਾ ਹਿਜਰੀ ਕੈਲੰਡਰ ਹੈ ਅਤੇ ਉਸ ਤੋਂ ਬਾਅਦ ਜਿੰਨੇ ਵੀ ਵੱਖ-ਵੱਖਰੇ ਮਤ ਹਨ ਈਸਾਈ ਮਤ ਦਾ ਵੱਖਰਾ ਕੈਲੰਡਰ ਹੈ। ਇਸ ਦੇ ਨਾਲ ਹਿੰਦੂ ਮਤ ਦਾ ਵੱਖਰਾ ਕੈਲੰਡਰ ਹੈ। ਅਤੇ ਇਹਨਾਂ ਚੀਜ਼ਾਂ ਦੇ ਨਾਲ-ਨਾਲ ਸਿੱਖਾਂ ਦਾ ਜਿਹੜਾ ਕੈਲੰਡਰ ਹੈ ਉਹਨੂੰ ਇੱਕ ਨਾਮ ਦਿੱਤਾ ਗਿਆ ਹੈ ਨਾਨਕਸ਼ਾਹੀ ਕੈਲੰਡਰ। ਇਹ ਨਾਨਕਸ਼ਾਹੀ ਕੈਲੰਡਰ ਨਾਮ ਸਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਤੋਂ ਰੱਖਿਆ ਗਿਆ ਸੀ ਜਿਸ ਦੇ ਤਹਿਤ ਸਿੱਖ ਧਰਮ ਦੇ ਵਿੱਚ ਸਾਰੇ ਹੀ ਗੁਰੂ ਸਾਹਿਬ ਦੇ ਦਿਹਾੜੇ ਮਨਾਏ ਜਾਂਦੇ ਸਨ ਇਵਨ ਇਥੋਂ ਤੱਕ ਜਿੰਨੇ ਵੀ ਸਿੱਖਾਂ ਦੇ ਨਾਲ ਸੰਬੰਧਿਤ ਦਿਹਾੜੇ ਸਨ ਉਹ ਵੀ ਇਸ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਏ ਜਾਂਦੇ ਸਨ ਜਦੋਂ ਅਸੀਂ ਇਸ ਦੀ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਾਲੇ ਪਾਸੇ ਝਾਤੀ ਮਾਰਦੇ ਹਾਂ ਤਾਂ ਗੁਰੂ ਕਾਲ ਵੇਲੇ ਇਸ ਸਮਾਜ ਦੇ ਵਿੱਚ ਕੇਵਲ ਦੋ ਹੀ ਕੈਲੰਡਰ ਪ੍ਰਚਲਿਤ ਸਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਜਿਹੜਾ ਚੰਦਰ ਸੂਰਜੀ ਕੈਲੰਡਰ ਹੈ ਉਹ ਹੋਂਦ ਵਿੱਚ ਆਇਆ ਉਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਦੋਂ ਮਨੁੱਖ ਨੂੰ ਇਸ ਚੀਜ਼ ਦੇ ਬਾਰੇ ਗਿਆਨ ਹੋਇਆ ਤਾਂ ਉਸ ਨੇ ਇਹਨੂੰ ਦੋ ਭਾਗਾਂ ਦੇ ਵਿੱਚ ਵੰਡ ਲਿਆ ਸੁਦੀ ਅਤੇ ਵਦੀ ਇਹਨਾਂ ਦੋਵਾਂ ਪੱਖਾਂ ਦੇ ਵਿੱਚ ਇਹਨਾਂ ਦੋਵਾਂ ਚੀਜ਼ਾਂ ਦਾ ਜਿਹੜੀ ਵੰਡ ਹੈ ਉਹਨੂੰ ਉੱਥੇ ਰੱਖਿਆ ਜਾਂਦਾ ਹੈ ਜਦੋਂ ਅਸੀਂ ਸੁਦੀ ਤੇ ਵਦੀ ਦੀ ਗੱਲ ਕਰਦੇ ਹਾਂ ਤੇ ਜਿਹੜਾ ਮਸਿਆ ਤੋਂ ਪੁੰਨਿਆਂ ਤੱਕ ਦਾ ਚੰਨਾ ਪੱਖ ਹੈ ਉਹਨੂੰ ਸੁਦੀ ਕਿਹਾ ਜਾਂਦਾ ਹੈ ਤੇ ਜਿਹੜਾ ਪੁੰਨਿਆਂ ਤੋਂ ਮੱਸਿਆ ਤੱਕ ਦਾ ਹਨੇਰਾ ਪੱਖ ਹੈ ਉਹਨੂੰ ਵਦੀ ਕਿਹਾ ਜਾਂਦਾ ਹੈ ਇਹਨਾਂ ਦੋਵਾਂ ਭਾਗਾਂ ਦੇ ਵਿੱਚ ਜਿਹੜੀ ਹੈ ਉਹ ਇੱਕ ਮਹੀਨੇ ਦੀ ਵੰਡ ਕਰ ਲਈ ਜਾਂਦੀ ਹੈ ਜਦੋਂ ਮਨੁੱਖ ਨੇ ਹੋਸ਼ ਸੰਭਾਲੀ ਤਾਂ ਹੋਸ਼ ਸੰਭਾਲਣ ਦੇ ਨਾਲ ਦਿਨਾਂ ਨੂੰ ਇੱਕ ਤਰਤੀਬ ਦੇ ਵਿੱਚ ਰੱਖਣ ਵਾਸਤੇ ਇਸ ਨੂੰ ਹੋਂਦ ਵਿੱਚ ਲਿਆਂਦਾ ਗਿਆ ਗੁਰੂ ਕਾਲ ਵੇਲੇ ਇੱਕ ਤਾਂ ਇਹ ਜਿਹੜਾ ਕੈਲੰਡਰ ਸੀ ਬੜਾ ਪ੍ਰਚਲਿਤ ਸੀ ਜਿਸ ਨੂੰ ਕਿ ਰਾਜੇ ਬਿਕਰਮਾ ਦੇਤ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਵੈਸੇ ਇਹ ਜਿਹੜੀ ਪਰੰਪਰਾ ਹੈ ਇਹ ਬਹੁਤ ਪੁਰਾਣੀ ਹੈ ਇਸਲਾਮ ਮਤ ਦੇ ਵਿੱਚ ਜਿਹੜਾ ਵੀ ਰਾਜਾ ਇੱਕ ਖਿੱਤੇ ਦੇ ਉੱਪਰ ਰਾਜ ਕਰਦਾ ਸੀ ਉਹਨੇ ਆਪਣੇ ਰਾਜਕਾਲ ਤੋਂ ਜਿਹੜਾ ਸਮਤ ਹੈ ਉਹਦੀ ਆਰੰਭਤਾ ਕਰਨੀ ਸ਼ੁਰੂ ਕਰ ਦਿੱਤੀ ਇਸੇ ਤਰੀਕੇ ਨਾਲ ਜਿਹੜਾ ਇਹ ਕੈਲੰਡਰ ਹੈ ਇਹ ਵੀ ਰਾਜੇ ਬਿਕਰਮਾ ਦੇਤ ਜਿਹੜਾ ਕਿ ਉਜੈਨ ਦਾ ਰਾਜਾ ਮੰਨਿਆ ਗਿਆ ਸੀ ਉਹਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹੁਣ ਅੱਜ ਅਸੀਂ ਇਹਨਾਂ ਦੇ ਥੋੜਾ ਜਿਹਾ ਪਿਸ਼ੋਕੜ ਵਿੱਚ ਜਾਣਨ ਦਾ ਯਤਨ ਕਰਾਂਗੇ ਕਿ ਅਸਲ ਵਿੱਚ ਇਹ ਮਸਲਾ ਕੀ ਸੀ ਜਾਂ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ ਉਹ ਕਦੋਂ ਲਾਗੂ ਕੀਤਾ ਗਿਆ ਅਤੇ ਉਸ ਨੂੰ ਕਿੰਨਾ ਹਾਲਾਤਾਂ ਦੇ ਵਿੱਚ ਕਤਲ ਕਰ ਦਿੱਤਾ ਗਿਆ ਵੈਸੇ ਮੈਂ ਇੱਥੇ ਕਤਲ ਸ਼ਬਦ ਵਰਤਾਂਗਾ ਕਿਉਂਕਿ ਜਦੋਂ 2009 ਦੇ ਵਿੱਚ ਉਹਨੂੰ ਮਟਾਇਆ ਗਿਆ 2009 ਦੇ ਵਿੱਚ ਉਹਨੂੰ ਖਤਮ ਕੀਤਾ ਗਿਆ ਤਾਂ ਬਹੁਤ ਹੀ ਕੋਝਾ ਟੰਗ ਉਸਦੇ ਬਾਰੇ ਵਰਤਿਆ ਗਿਆ ਹੈ ਹੁਣ ਅਸੀਂ ਥੋੜਾ ਜਿਹਾ ਇਸ ਦੇ ਪਿਸ਼ੋਕੜ ਵਿੱਚ ਜਾਣਨ ਦਾ ਯਤਨ ਕਰਾਂਗੇ ਗੁਰੂ ਕਾਲ ਵੇਲੇ ਜਿਹੜਾ ਪ੍ਰਚਲਿਤ ਕੈਲੰਡਰ ਸੀ ਉਹ ਸੀ ਚੰਦਰ ਸੂਰਜਿ ਬਿਕਰਮੀ ਕੈਲੰਡਰ ਜਿਸ ਦੇ ਵਿੱਚ ਦੋ ਪੱਖ ਵਰਤੇ ਜਾਂਦੇ ਸਨ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਇੱਕ ਸੁਦੀ ਪੱਖ ਵਰਤਿਆ ਜਾਂਦਾ ਸੀ ਅਤੇ ਇੱਕ ਵਦੀ ਪੱਖ ਵਰਤਿਆ ਜਾਂਦਾ ਸੀ ਹੁਣ ਇਹਨਾਂ ਦੋਵਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਦੀ ਵਿਚਾਰ ਕਰਦੇ ਹਾਂ ਤਾਂ ਜਿਹੜਾ ਚੰ드ਰਮਾ ਹੈ ਉਹ ਧਰਤੀ ਦੇ ਦੁਆਲੇ ਆਪਣਾ ਜਿਹੜਾ ਸਫ਼ਰ ਹੈ ਉਹ 29 ਦਿਨਾਂ ਦੇ ਵਿੱਚ ਲਗਭਗ ਪੂਰਾ ਕਰਦਾ ਹੈ ਹੁਣ ਜਦੋਂ ਚੰ드ਰਮਾ ਧਰਤੀ ਦੇ ਦੁਆਲੇ 29 ਦਿਨਾਂ ਵਿੱਚ ਆਪਣਾ ਜਿਹੜਾ ਚੱਕਰ ਹੈ ਉਹ ਪੂਰਾ ਕਰਦਾ ਹੈ ਤਾਂ ਜਦੋਂ ਇਸ ਨੂੰ ਅਸੀਂ 12 ਭਾਗਾਂ ਦੇ ਵਿੱਚ ਵੰਡਦੇ ਹਾਂ ਤਾਂ ਇਹਦੇ ਤਕਰੀਬਨ 354 ਦਿਨ ਜਿਹੜੇ ਨੇ ਉਹ ਬਣਦੇ ਨੇ ਪਰ ਇਸ ਦੇ ਮੁਤਾਬਕ ਜਦੋਂ ਧਰਤੀ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਹੈ ਤਾਂ ਉਹਦੇ ਲਗਭਗ ਦਿਨ ਬਣਦੇ ਨੇ 365 ਹੁਣ ਜਿਹੜਾ ਚੰਦਰ ਸੂਰਜੀ ਬਿਕਰਮੀ ਕੈਲੰਡਰ ਹੈ ਇਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇੱਥੇ ਆਈ ਕਿ ਜਿਹੜਾ ਦੂਜਾ ਸੂਰਜ ਦੇ ਨਾਲ ਕੈਲੰਡਰ ਚੱਲਣ ਵਾਲਾ ਹੈ ਉਹਦੇ ਨਾਲੋਂ ਇਹ 11 ਦਿਨ ਪਛੜ ਕੇ ਹਰ ਸਾਲ ਮਨਾਏ ਜਾਂਦੇ ਹਨ ਜਿਵੇਂ ਮੈਂ ਇਤੇ ਆਸ ਦੇ ਵਿੱਚੋਂ ਇੱਕ ਦੋ ਐਗਜ਼ਾਮਪਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਪੜ੍ਹਦੇ ਹਾਂ ਤਾਂ ਉਹਨਾਂ ਦੇ ਪ੍ਰਕਾਸ਼ ਪੁਰਬ ਬਾਰੇ ਜਿਹੜੀਆਂ ਤਿੰਨ ਤਰੀਕਾਂ ਨੇ ਉਹ ਸਾਡੇ ਇਤਿਹਾਸ ਵਿੱਚ ਮਿਲਦੀਆਂ ਨੇ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੇ ਮੁਤਾਬਕ ਪੋਸ ਦੀ 7 ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੋਇਆ ਸੀ ਸੂਰਜੀ ਬਿਕਰਮੀ ਕੈਲੰਡਰ ਦੇ ਮੁਤਾਬਕ 23 ਪੋ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੋਇਆ ਸੀ ਅਤੇ ਜੂਲੀਅਨ ਕੈਲੰਡਰ ਦੇ ਮੁਤਾਬਕ ਉਹ ਤਰੀਕ 22 ਦਸੰਬਰ ਦੀ ਬਣਦੀ ਸੀ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਪ ਹੋਇਆ ਸੀ ਹੁਣ ਇਹ ਤਿੰਨ ਤਰੀਕਾਂ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਪ ਦੀਆਂ ਨਿਕਲ ਆਉਂਦੀਆਂ ਨੇ ਹੁਣ ਜਿਹੜਾ ਕੈਲੰਡਰ ਭਾਰਤ ਵਿੱਚ ਚੰ드ਰਮਾ ਦੇ ਅਨੁਸਾਰ ਚੱਲਦਾ ਸੀ ਉਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਆਈ ਕਿ ਉਹ ਜਿਹੜਾ ਹੈ ਉਹ ਸੂਰਜੀ ਕੈਲੰਡਰ ਦੇ ਨਾਲੋਂ ਲਗਭਗ 11 ਦਿਨ ਛੋਟਾ ਹੈ ਜਦੋਂ 11 ਦਿਨ ਛੋਟਾ ਹੋਣ ਕਰਕੇ ਉਹਦੇ ਵਿੱਚ ਆਏ ਸਾਲ 11 ਦਿਨ ਦਾ ਫਰਕ ਪਿਆ ਜਾਂਦਾ ਸੀ ਜਿਵੇਂ ਉਦਾਹਰਨ ਦੇ ਤੌਰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ 2017 ਦੇ ਵਿੱਚ 25 ਦਸੰਬਰ ਨੂੰ ਆਇਆ ਸੀ ਅਤੇ 2018 ਦੇ ਵਿੱਚ ਜਦੋਂ ਤੁਸੀਂ 2018 ਦਾ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦਾ ਦਸੰਬਰ ਤੱਕ ਦਾ ਕੈਲੰਡਰ ਵੇਖਦੇ ਹੋ ਜਾਂ ਪੜ੍ਹਦੇ ਹੋ 2018 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਆਉਂਦਾ ਹੀ ਨਹੀਂ ਜੇ ਅਸੀਂ ਮੋٹے ਜਿਹੇ ਤੌਰ ਤੇ ਅੰਦਾਜ਼ਾ ਲਾਈਏ ਤਾ 100 ਸਾਲਾਂ ਦੇ ਵਿੱਚ 27 ਵਾਰ ਅਜਿਹਾ ਹੁੰਦਾ ਹੈ ਕਿ ਜਿਨ੍ਹਾਂ ਦੇ ਵਿੱਚ 27 ਸਾਲ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ 100 ਸਾਲਾਂ ਦੇ ਵਿੱਚ ਆਉਂਦਾ ਹੀ ਨਹੀਂ ਤੇ 27 ਸਾਲ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਸਾਲ ਦੇ ਵਿੱਚ ਦੋ ਵਾਰੀ ਆ ਜਾਂਦਾ ਹੈ ਜਨਵਰੀ ਵਿੱਚ ਵੀ ਆ ਜਾਂਦਾ ਹੈ ਅਤੇ ਜਨਵਰੀ ਦੇ ਨਾਲ ਨਾਲ ਉਹ ਦਸੰਬਰ ਵਿੱਚ ਵੀ ਆ ਜਾਂਦਾ ਹੈ ਹੁਣ ਇਹਦੀ ਸਮੱਸਿਆ ਕੀ ਹੈ ਸਮੱਸਿਆ ਇਹਦੀ ਸਭ ਤੋਂ ਵੱਡੀ ਇਹ ਰਹੀ ਕਿ ਜਿਹੜਾ ਚੰਦ ਦੇ ਆਧਾਰ ਤੇ ਕੈਲੰਡਰ ਹੈ ਉਹ ਲਗਭਗ 11 ਦਿਨ ਛੋਟਾ ਹੈ ਆਏ ਸਾਲ ਉਹਦੇ ਵਿੱਚੋਂ 11 ਦਿਨ ਘਟਦੇ ਜਾਂਦੇ ਨੇ ਤੀਜੇ ਜਾਂ ਚੌਥੇ ਸਾਲ ਦੇ ਵਿੱਚ ਜਦੋਂ ਉਸ ਕਲੰਡਰ ਨੂੰ ਖੜਿਆ ਜਾਂਦਾ ਹੈ ਤਾਂ ਉਹਦੇ ਦਿਨ ਵਧਾ ਕੇ ਉਹਨਾਂ ਦੇ ਵਿੱਚ ਇੱਕ ਮਹੀਨਾ ਵੱਖਰਾ ਜੋੜ ਦਿੱਤਾ ਜਾਂਦਾ ਹੈ ਜਿਹਨੂੰ ਮਲਮਾਸ ਦਾ ਮਹੀਨਾ ਕਿਹਾ ਜਾਂਦਾ ਹੈ ਇਸ ਮਹੀਨੇ ਦੇ ਅੰਦਰ ਨਾ ਤਾਂ ਕੋਈ ਪਵਿੱਤਰ ਕੰਮ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਆਪਣੇ ਘਰਾਂ ਦੇ ਵਿੱਚ ਇਹੋ ਜੀ ਰਸਮ ਨਿਭਾਈ ਜਾਂਦੀ ਹੈ ਜਿਹਦੇ ਨਾਲ ਉਹਦੇ ਵਿੱਚ ਕਿਸੇ ਨਾ ਕਿਸੇ ਵਿਗਨ ਪੈਣ ਦਾ ਖਤਰਾ ਹੋਵੇ ਇਥੋਂ ਤੱਕ ਇਹ ਜਿੰਨੇ ਵੀ ਇਤਿਹਾਸਿਕ ਦਿਹਾੜੇ ਸਨ ਉਹ ਇਸ ਮਹੀਨੇ ਦੇ ਵਿੱਚ ਨਹੀਂ ਮਨਾਏ ਜਾਂਦੇ ਇਹਨੂੰ ਮਲਮਾਸ ਦਾ ਮਹੀਨਾ ਕਿਹਾ ਜਾਂਦਾ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਇਸ ਸਾਲ ਜਿਹੜਾ 2018 ਦੇ ਵਿੱਚ ਜਾਂ 550 ਸੰਮਤ ਚੱਲ ਰਿਹਾ ਹੈ ਇਸ ਸਾਲ ਦੇ ਵਿੱਚ ਜੇਠ ਦੇ ਦੋ ਮਹੀਨੇ ਆਏ ਹਨ ਇੱਕ ਮਲਮਾਸ ਦਾ ਜੇਠ ਦਾ ਮਹੀਨਾ ਹੁੰਦਾ ਹੈ ਅਤੇ ਜਿਹੜਾ ਦੂਜਾ ਮਹੀਨਾ ਹੈ ਉਹ ਵੈਸੇ ਜਿਹੜਾ ਤਰਤੀਬ ਵਾਰ ਚੱਲਦਾ ਹੈ ਉਹ ਉਸ ਤਰੀਕੇ ਨਾਲ ਨਾਨਕਸ਼ਾਈ ਕੈਲੰਡਰ ਦੇ ਵਿੱਚ ਵੀ ਆਉਂਦਾ ਹੈ ਤੇ ਜਿਹੜਾ ਸੂਰਜੀ ਬਿਕਰਮੀ ਕੈਲੰਡਰ ਹੈ ਉਹਦੇ ਵਿੱਚ ਵੀ ਮੌਜੂਦ ਹੈ ਹੁਣ ਇੱਥੇ ਇੱਕ ਦੋ ਚੀਜ਼ਾਂ ਦਾ ਅਸੀਂ ਧਿਆਨ ਦੇਵਾਂਗੇ 2018 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਆਉਂਦਾ ਨਹੀਂ ਅਤੇ 2019 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਫਿਰ ਤੋਂ 13 ਜਨਵਰੀ ਦਾ ਆਵੇਗਾ 2020 ਦੇ ਵਿੱਚ 11 ਦਿਨ ਘਟਾ ਲਈਏ ਤਾਂ 2 ਜਨਵਰੀ ਦਾ ਪ੍ਰਕਾਸ਼ ਪੂਰਵ ਆਵੇਗਾ 2021 ਦੇ ਵਿੱਚ ਹੋਰ 11 ਦਿਨ ਅਸੀਂ ਘਟਾ ਲਈਏ ਤਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ ਹੈ ਉਹ 22 ਦਸੰਬਰ ਨੂੰ ਆਵੇਗਾ ਹੁਣ ਸਾਡੇ ਸਾਹਮਣੇ ਸਭ ਤੋਂ ਵੱਡੀ ਦਿੱਕਤ ਇਹ ਆ ਗਈ ਕਿ ਜੇ ਲਗਾਤਾਰ 11-11 ਦਿਨ ਇਸ ਤਰੀਕੇ ਨਾਲ ਘਟਦੇ ਰਹਿਣ ਤੀਜੇ ਜਾਂ ਚੌਥੇ ਸਾਲ ਵਿੱਚ ਜਾ ਕੇ ਦਿਨ ਵਾਧਦੇ ਨੇ ਤਾਂ ਅਸੀਂ ਇਹਨਾਂ ਤਰੀਕਾ ਨੂੰ ਇੱਕ ਜਗ੍ਹਾ ਤੇ ਰੱਖ ਨਹੀਂ ਪਾਏ ਜਾਂ ਇਹਨਾਂ ਤਰੀਕਾ ਨੂੰ ਇੱਕ ਜਗ੍ਹਾ ਤੇ ਸਥਿਰ ਨਹੀਂ ਕਰ ਪਾਏ ਵੈਸੇ ਤਾਂ ਇਹ ਸਵਾਲ ਪਹਿਲਾਂ ਵਿਦੇਸ਼ਾਂ ਦੇ ਵਿੱਚ ਬੱਚੇ ਆਪਣੇ ਮਾਪਿਓ ਦੇ ਨਾਲ ਸਾਂਝੇ ਕਰਦੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਡੇਟ ਜਾਂ ਇਥੋਂ ਤੱਕ ਕਿ ਜਿੰਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੇ ਗੁਰਤਾ ਗੱਦੀ ਪੁਰਬ ਨੇ ਅਤੇ ਜਿਹੜੇ ਜੋਤੀ ਜੋਤ ਉਹਨਾਂ ਦੇ ਦਿਵਸ ਮਨਾਏ ਜਾਂਦੇ ਨੇ ਉਹਨਾਂ ਦੀਆਂ ਤਰੀਕਾਂ ਪੱਕੀਆਂ ਕਿਉਂ ਨਹੀਂ ਆਉਂਦੀਆਂ ਹੁਣ ਪਹਿਲਾਂ ਤਾਂ ਸਵਾਲ ਵਿਦੇਸ਼ਾਂ ਵਿੱਚ ਉੱਠਦੇ ਸਨ ਪਰ ਅੱਜ ਦੇ ਸਮੇਂ ਵਿੱਚ ਇਥੋਂ ਦੇ ਲੋਕ ਇਸ ਖੇਤੇ ਦੇ ਲੋਕ ਪੜ੍ਹ ਲਿਖ ਚੁੱਕੇ ਹਨ ਜਦੋਂ ਉਹਨਾਂ ਨੇ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਸਵਾਲ ਵੀ ਸਾਡੇ ਸਾਰਿਆਂ ਦੇ ਸਾਹਮਣੇ ਆ ਗਏ ਕਿ ਇਹ ਜਿਹੜੇ ਦਿਨ ਨੇ ਇਹ ਪੱਕੇ ਕਿਉਂ ਨਹੀਂ ਕੀਤੇ ਜਾਂਦੇ ਇਹ ਤਿਆਕ ਉਹਨੇ ਕੀਤੇ ਜਾਂਦੇ ਸੋ ਇਸ ਕੈਲੰਡਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਸਾਲ ਦੇ ਵਿੱਚ 354 ਦਿਨ ਹੋਣ ਕਰਕੇ ਲਗਭਗ 11 ਦਿਨ ਛੋਟਾ ਰਹਿ ਜਾਂਦਾ ਸੀ ਜਿਸ ਦੀ ਵਜ੍ਹਾ ਦੇ ਨਾਲ ਆਏ ਸਾਲ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ 11 ਦਿਨ ਪਿੱਛੋਂ ਆ ਜਾਂਦੇ ਸਨ ਫਿਰ ਤੀਜੇ ਚੌਥੇ ਸਾਲ ਵਿੱਚ ਇਹਨੂੰ ਫਿਰ ਸੂਰਜ ਦੇ ਬਰਾਬਰ ਕੀਤਾ ਜਾਂਦਾ ਸੀ ਹੁਣ ਅਗਲਾ ਆ ਗਿਆ ਜਿਹੜਾ ਸੂਰਜੀ ਕੈਲੰਡਰ ਹੈ ਜਿਹੜਾ ਸੂਰਜ ਦੇ ਆਧਾਰ ਤੇ ਚੱਲਦਾ ਹੈ ਜਿਹੜਾ ਕੈਲੰਡਰ ਸੂਰਜ ਦੇ ਆਧਾਰ ਤੇ ਗੁਰੂ ਕਾਲ ਵੇਲੇ ਪ੍ਰਚਲਿਤ ਸੀ ਲਗਭਗ ਜਿਹੜੀ ਇਹਦੀ ਲੰਬਾਈ ਮੰਨੀ ਜਾਂਦੀ ਸੀ ਉਹ ਮੰਨੀ ਜਾਂਦੀ ਸੀ 365.2587 ਹੁਣ ਜਦੋਂ 365.2587 ਲੰਬਾਈ ਮੰਨੀ ਜਾਂਦੀ ਸੀ ਤਾਂ ਲਗਭਗ 1 ਸਾਲ ਦੇ ਵਿੱਚ 24 ਮਿੰਟ ਵਧ ਜਾਂਦੇ ਸਨ ਜਦੋਂ 24 ਮਿੰਟਾਂ ਦੀ ਅਸੀਂ ਕੈਲਕੂਲੇਸ਼ਨ ਕੀਤੀ ਤਾਂ 24 ਮਿੰਟ 60 ਸਾਲ ਬਾਅਦ ਜਾ ਕੇ ਤੇ ਇੱਕ ਦਿਨ ਦਾ ਫਰਕ ਪਾ ਦਿੰਦੇ ਸਨ ਹੁਣ بڑے ਵੱਡੇ ਇਹਦੇ ਵਿੱਚ ਉਲਝਣਾ ਸਨ ਇਹਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਜਦੋਂ ਵਿਦਵਾਨਾਂ ਦੇ ਸਾਹਮਣੇ ਆਈਆਂ ਤਾਂ ਜਦੋਂ ਇਹਦੇ ਵਿੱਚ ਸੋਧ ਸੁਧਾਈ ਦੇ ਬਾਰੇ ਵਿਚਾਰ ਚਰਚਾ ਹੋਈ ਤਾਂ ਇਹਦੇ ਬਾਬਤ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਚੱਲੀ ਜਿਸ ਮੀਟਿੰਗ ਦੇ ਵਿੱਚ 1964 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਵਿਚਾਰ ਚਰਚਾ ਚੱਲੀ ਜਦੋਂ ਇਹਦੇ ਵਿੱਚ ਵਿਚਾਰ ਚਰਚਾ ਦੇ ਵਿੱਚ Hindu મત ਦੇ ਵਿਦਵਾਨ ਇਕੱਠੇ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਜਿੰਨੇ ਵੀ મત ਦੇ ਸ਼ੰਕਰਾਚਾਰੀਆ ਸਨ ਜਾਂ ਜਿੰਨੇ ਵੀ ਉਹਨਾਂ ਦੇ ਜਥੇਬੰਦੀਆਂ ਦੇ ਸਿਰਮੌਰ ਮੈਂਬਰ ਸਨ ਉਹ ਸ਼ਾਮਲ ਹੋਏ ਤਾਂ ਉਹਨਾਂ ਨੇ ਇਸ ਦਿੱਕਤ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਸਾਰਿਆਂ ਦੇ ਵਿੱਚ ਇਹ ਚੀਜ਼ ਪ੍ਰਮਾਨ ਕਰ ਲਈ ਗਈ ਜਿਸ ਨੂੰ ਦਿਖ ਗ੍ਰਿੰਨ ਦਾ ਸਿਧਾਂਤ ਆਖਿਆ ਜਾਂਦਾ ਹੈ ਉਸ ਦੇ ਤਹਿਤ ਇਸ ਚੀਜ਼ ਨੂੰ ਪ੍ਰਮਾਨ ਕਰਕੇ ਇਸ ਦੀ ਲੰਬਾਈ ਘਟਾਈ ਗਈ ਜਿੱਥੇ ਪਹਿਲਾਂ 60 ਸਾਲ ਦੇ ਵਿੱਚ ਇੱਕ ਦਿਨ ਦਾ ਫਰਕ ਪਿਆ ਜਾਂਦਾ ਸੀ ਉੱਥੇ ਲਗਭਗ ਹੁਣ ਦੇ ਸਮੇਂ ਵਿੱਚ 72 ਸਾਲਾਂ ਪਿੱਛੋਂ ਜਾਂ 71 ਸਾਲਾਂ ਪਿੱਛੋਂ ਇੱਕ ਸਾਲ ਦਾ ਫਰਕ ਪੈਂਦਾ ਹੈ ਕਿਉਂਕਿ ਉਹਨਾਂ ਨੇ ਥੋੜੀ ਜਿਹੀ ਉਸ ਦੇ ਵਿੱਚ ਸੋਧ ਸੁਧਾਈ ਜਿਹੜੀ ਹੈ ਉਹ ਕਰ ਲਈ ਹੁਣ ਇਹਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਦਿੱਕਤ ਹੈ ਉਹ ਸਾਡੇ ਸਾਹਮਣੇ ਆਈ ਹੁਣ ਉਹ ਦਿੱਕਤ ਕਿਹੜੀ ਸੀ ਅੱਜ ਤੋਂ ਕੋਈ ਸਮਾਂ ਪਹਿਲਾਂ ਜਦੋਂ ਅਸੀਂ ਸਕੂਲ ਦੀਆਂ ਕਿਤਾਬਾਂ ਪੜ੍ਹਦੇ ਸਾਂ ਜਦੋਂ ਅਸੀਂ ਸਕੂਲ ਦੀਆਂ ਕਿਤਾਬਾਂ ਨੂੰ ਪੜ੍ਹਨ ਦੇ ਵਕਤ ਉਹਨਾਂ ਦੇ ਵਿੱਚ ਵਿਸਾਖੀ ਦੀ ਤਰੀਕ ਪੜੀ ਤਾਂ ਉਹ ਲਗਭਗ 13 ਅਪ੍ਰੈਲ ਸੀ ਜਦੋਂ ਤੁਸੀਂ ਇਹ ਤੋਂ ਵੀ ਥੋੜਾ ਜਿਹਾ ਪਿਛੇ ਵਾਲੇ ਪਾਸੇ ਨੂੰ ਝਾਤੀ ਮਾਰੋਗੇ ਤਾਂ ਇਸ ਤੋਂ ਪਹਿਲਾਂ ਜਿਹੜੀ ਵਿਸਾਖੀ ਦੀ ਤਰੀਕ ਸੀ ਉਹ 12 ਅਪ੍ਰੈਲ ਦੀ ਸੀ ਹੁਣ ਜਦੋਂ ਸਾਡੇ ਸਾਹਮਣੇ ਦਿੱਕਤ ਇਹ ਹੁਣ 71 ਸਾਲ ਦਾ ਜਿਹੜਾ ਫਰਕ ਹੈ ਨਾ ਉਹ ਬੜਾ ਮਾਮੂਲੀ ਜਿਹਾ ਫਰਕ ਹੈ ਲਗਭਗ ਇੱਕ ਬੰਦੇ ਦੀ ਉਮਰ 70 80 ਜਾਂ ਵੱਧ ਤੋਂ ਵੱਧ 90 ਸਾਲ ਹੁੰਦੀ ਹੈ ਜਦੋਂ ਇਹ ਫਰਕ ਮਾਮੂਲੀ ਜਿਹਾ ਸਾਡੇ ਵਿੱਚ ਆਇਆ ਤਾਂ ਸਾਨੂੰ ਇਹਦੇ ਬਾਰੇ ਪਤਾ ਨਹੀਂ ਲੱਗਾ ਪਹਿਲਾਂ ਵਿਸਾਖੀ ਦੀ ਜਿਹੜੀ ਤਰੀਕ ਸੀ ਉਹ 12 April ਮੰਨੀ ਜਾਂਦੀ ਸੀ ਉਸ ਤੋਂ ਬਾਅਦ ਜਿਹੜੀ ਵਿਸਾਖੀ ਦੀ ਤਰੀਕ ਹੈ ਉਹ 71 ਸਾਲਾਂ ਬਾਅਦ 13 April ਹੋ ਗਈ ਫਿਰ ਚਲਦੀ ਚਲਦੀ ਹੁਣ ਵਿਸਾਖੀ ਜਿਹੜੀ ਹੈ ਉਹ 14 April ਦੀ ਆ ਰਹੀ ਹੈ ਜਦੋਂ ਅਸੀਂ ਇਹਦੇ ਪਿਛੋਕੜ ਵਾਲੇ ਪਾਸੇ ਜਾਈਏ ਤਾਂ ਸਾਡੇ ਜਿੰਨੇ ਵੀ ਇਤਿਹਾਸ ਦੇ ਦਿਹਾੜੇ ਸਨ ਜਿਹੜੇ ਕਿ ਸੂਰਜੀ ਬਿਕਰਮੀ ਕੈਲੰਡਰ ਦੇ ਆਧਾਰ ਦੇ ਨਾਲ ਚੱਲਦੇ ਸਨ ਉਹਨਾਂ ਦੇ ਵਿੱਚ 71 ਸਾਲ ਪਿੱਛੋਂ ਇੱਕ ਇੱਕ ਦਿਨ ਦਾ ਫਰਕ ਪੈਂਦਾ ਜਾਂਦਾ ਸੀ ਕਿਉਂਕਿ ਇਹ ਲੰਬਾਈ ਠੀਕ ਨਹੀਂ ਇਹ ਕਿਸੇ ਵੀ ਤਰੀਕੇ ਨਾਲ ਫਿੱਟ ਨਹੀਂ ਸੀ ਬੈਠਦੀ ਹੁਣ ਇਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਆ ਗਈ ਪਹਿਲਾਂ ਆਪਾਂ ਦਿੱਕਤ ਪੇਸ਼ ਕੀਤੀ ਸੀ ਜਿਹੜੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਵਿੱਚ ਆ ਰਹੀ ਸੀ ਦੂਜੀ ਹੈ ਵਿਸਾਖੀ ਦੇ ਨਾਲ ਸੰਬੰਧਿਤ ਕਿਉਂਕਿ ਜਿਹੜਾ ਵਿਸਾਖੀ ਦਾ ਤਿਹਾਰ ਹੈ ਇਹ ਵਿਸਾਖੀ ਦਾ ਤਿਹਾਰ ਇੱਕ ਵਿਸਾਖ ਨੂੰ ਮਨਾਇਆ ਜਾਂਦਾ ਹੈ ਜਿਸ ਇੱਕ ਵਿਸਾਖ ਦੇ ਤਹਿਤ ਜਿਹੜਾ ਵਿਸਾਖੀ ਦਾ ਤਿਹਾਰ ਹੈ ਉਹ 71 ਸਾਲਾਂ ਪਿੱਛੋਂ ਇੱਕ ਦਿਨ ਦਾ ਫਰਕ ਪਾ ਜਾਂਦਾ ਸੀ ਹੁਣ ਇਹਦੇ ਵਿੱਚ ਜਦੋਂ ਉਹਨਾਂ ਨੇ ਵਿਚਾਰ ਚਰਚਾ ਕੀਤੀ ਤੇ ਬੜੀ ਹੈਰਾਨੀ ਦੀ ਬਾਤ ਹੈ ਜਿਹੜੀ ਵਿਚਾਰ ਚਰਚਾ ਤੋਂ ਸਿੱਟਾ 1964 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਹਿੰਦੂ ਵਿਦਵਾਨਾਂ ਨੇ ਕੱਢਿਆ ਸਾਡੇ ਸਿੱਖ ਪੰਥ ਨੇ ਇਸ ਨੂੰ ਤਾਂ ਮਨਜ਼ੂਰ ਕਰ ਲਿਆ ਪਰ ਜਿਹੜਾ ਨਾਨਕਸ਼ਹੀ ਕੈਲੰਡਰ 2003 ਦੇ ਵਿੱਚ ਸ੍ਰੀ ਅਕਾਲ ਤਖਤ ਸਭਾ ਵੱਲੋਂ ਲਾਗੂ ਕੀਤਾ ਗਿਆ ਸੀ ਜਿਹੜਾ ਕਿ ਕੈਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੁਰੇਵਾਲ ਦੁਆਰਾ ਤਿਆਰ ਕੀਤਾ ਗਿਆ ਸੀ ਜਿਹੜੀ ਸੋਧ ਸੁਧਾਈ ਉਸ ਕੈਲੰਡਰ ਦੇ ਵਿੱਚ ਉਹਨਾਂ ਨੇ ਕੀਤੀ ਅਤੇ ਜਿਹੜਾ ਕੈਲੰਡਰ ਮੌਸਮ ਦੇ ਬਹੁਤ ਨਜ਼ਦੀਕ ਸੀ ਜਿਸ ਕੈਲੰਡਰ ਦੇ ਵਿੱਚ 3300 ਸਾਲ ਦੇ ਵਿੱਚੋਂ ਇੱਕ ਦਿਨ ਦਾ ਫਰਕ ਪੈਂਦਾ ਸੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪੰਥ ਨੇ ਉਸ ਸੀਜ਼ਨ ਨੂੰ ਮਨਜ਼ੂਰ ਨਹੀਂ ਕੀਤਾ ਜਿਹੜੀ ਹਿੰਦੂ ਵਿਦਵਾਨਾਂ ਦੇ ਦੁਆਰਾ ਸੋਧ ਸੁਧਾਈ ਕੀਤੀ ਗਈ ਜਿਸ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਸਮੱਸਿਆ ਖੜੀ ਹੁੰਦੀ ਹੈ ਅਸੀਂ ਉਹਨੂੰ ਤਾਂ ਮਨਜ਼ੂਰ ਕਰ ਲਿਆ ਪਰ ਜਿਹੜੇ ਸਾਡੇ ਸਿੱਖ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਨੂੰ ਸਾਡੇ ਸਾਹਮਣੇ ਰੱਖਿਆ ਅਤੇ ਉਹਨਾਂ ਨੇ ਬੜੀ ਲੰਮੀ ਮਿਹਨਤ ਇਹਦੇ ਉੱਪਰ ਭਾਈ ਬੜੀ ਤਰਾਸੀ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸਿੱਖ ਪੰਥ ਨੇ ਉਹਨਾਂ ਚੀਜ਼ਾਂ ਨੂੰ ਨਕਾਰ ਦਿੱਤਾ ਹੁਣ ਜਦੋਂ ਅਸੀਂ ਇਹਦੇ ਥੋੜਾ ਜਿਹਾ ਹੋਰ ਪਿਸ਼ੋਕੜ ਵਾਲੇ ਪਾਸੇ ਝਾਤੀ ਮਾਰਦੇ ਹਾਂ ਤਾਂ ਇਹਦੇ ਵਿੱਚ 72 ਸਾਲਾਂ ਪਿਛੋਂ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ ਹੁਣ ਇਹਦੇ ਵਿੱਚ ਜਿਹੜੀ ਤੀਜੀ ਗੱਲ ਹੈ ਉਹ ਹੈ ਜੂਲੀਅਨ ਕੈਲੰਡਰ ਦੀ ਜੂਲੀਅਨ ਕੈਲੰਡਰ ਜਦੋਂ ਅਸੀਂ ਉਹਦੀ ਸਾਲ ਦੀ ਲੰਬਾਈ ਪੜ੍ਹਦੇ ਹਾਂ ਤਾਂ ਉਹ ਲਗਭਗ ਮੰਨੀ ਗਈ ਹੈ 365.25 ਜੋ ਕਿ 128 ਸਾਲ ਪਿਛੋਂ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਹੁਣ ਮੈਂ ਇਹਦੇ ਵਿੱਚ ਇੱਕ ਛੋਟਾ ਜਿਹਾ ਨੁਕਤਾ ਆਪਜੀ ਦੇ ਧਿਆਨ ਗੋਚਰਾ ਕਰਨਾ ਚਾਹਾਂਗਾ ਜਦੋਂ ਜੂਲੀਅਨ ਕੈਲੰਡਰ ਦੇ ਬਾਰੇ ਪਸ਼ੋਕੜ ਦੇ ਵਿੱਚ ਉੱਥੋਂ ਦੇ ਵਿਦਵਾਨਾਂ ਨੇ ਵਿਚਾਰ ਕੀਤੀ ਤਾਂ ਉਹਨਾਂ ਨੇ ਸਿੱਟਾ ਕੱਢਿਆ ਕਿ ਜਿਹੜਾ ਈਸਾ ਮਸੀਹ ਦਾ ਜਿਹੜਾ ਦਿਹਾੜਾ ਉਹਨਾਂ ਦਾ 크ਿਸਮਸ ਦੇ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਉਹ ਚੱਲਦਾ ਚੱਲਦਾ ਹੌਲੀ ਹੌਲੀ 4 ਅਤੇ 5 ਜਨਵਰੀ ਨੂੰ ਆਉਣ ਲੱਗ ਪਿਆ ਹੁਣ ਉਹਨਾਂ ਦੇ ਸਾਹਮਣੇ ਬੜੀ ਵੱਡੀ ਇਹ ਦਿੱਕਤ ਪੇਸ਼ ਹੋਈ ਕਿ ਇਹ ਕਿਉਂ ਹੋ ਰਿਹਾ ਹੈ ਕਿਤੇ ਨਾ ਕਿਤੇ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਡਾ ਜਿਹੜਾ ਸਾਡੇ ਜਿਹੜੇ ਦਿਹਾੜੇ ਹਨ ਜਾਂ ਜਿੰਨੇ ਵੀ ਅਸੀਂ ਦਿਹਾੜੇ ਮਨਾ ਰਹੇ ਹਾਂ ਜਿਵੇਂ ਕ੍ਰਿਸਮਸ ਡੇ ਉਹਨਾਂ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਕਿਤੇ ਨਾ ਕਿਤੇ ਮੌਸਮ ਦੇ ਨਾਲੋਂ ਟੁੱਟ ਰਹੇ ਹਨ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਮੌਸਮ ਦੇ ਨਾਲੋਂ ਵੱਖਰਾ ਹੋ ਰਿਹਾ ਹੈ ਜਾਂ ਅੱਗੇ ਪਿੱਛੇ ਜਿਹੜੀਆਂ ਤਰੀਕਾਂ ਨੇ ਉਹ ਜਾ ਰਹੀਆਂ ਨੇ ਹੁਣ ਮੈਂ ਕਈ ਵਾਰੀ ਬੜਾ ਹੈਰਾਨ ਹੁੰਨਾ ਕਿ ਉਹਨਾਂ ਦੇ ਕੈਲੰਡਰ ਦੇ ਵਿੱਚ 128 ਸਾਲ ਦੇ ਪਿੱਛੋਂ ਇੱਕ ਦਿਨ ਦਾ ਫਰਕ ਪੈਂਦਾ ਸੀ ਤੇ ਉਹਨਾਂ ਨੇ ਚਿੰਤਾ ਕੀਤੀ ਤੇ ਉਹਦੇ ਤੇ ਵਿਚਾਰ ਕੀਤੀ ਤੇ ਸਾਡੇ ਆਏ ਸਾਲ ਦੇ 71 ਸਾਲਾਂ ਪਿੱਛੋਂ ਇੱਕ ਦਿਨ ਦਾ ਫਰਕ ਪੈ ਰਿਹਾ ਏ ਪਰ ਸਾਡੇ ਵਿਦਵਾਨਾਂ ਨੂੰ ਜਾਂ ਸਾਡੇ ਪੰਥ ਦੇ ਆਗੂਆਂ ਨੂੰ ਅਜੇ ਤੱਕ ਇਸ ਚੀਜ਼ ਦੇ ਬਾਰੇ ਚਿੰਤਾ ਨਹੀਂ ਜਾਂ ਅਜੇ ਤੱਕ ਉਹਨਾਂ ਨੇ ਇਸ ਚੀਜ਼ ਤੇ ਵਿਚਾਰ ਕਰਨ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਏ ਕਿ ਅਸੀਂ ਸੋਚਦੇ ਘਟਾਂ ਪਰ ਗੱਲ ਅਸਲੀਅਤ ਨਹੀਂ ਪਰ ਅਸੀਂ ਇਸ ਚੀਜ਼ ਦਾ ਸਬੂਤ ਵੀ ਅੱਜ ਸਾਰਿਆਂ ਦੇ ਸਾਹਮਣੇ ਦੇ ਰਹੇ ਹਾਂ ਹੁਣ ਜਿੱਥੇ ਮੈਂ ਬੇਨਤੀ ਕਰ ਰਿਹਾ ਸਾਂ ਉਹਨਾਂ ਦੇ ਕੈਲੰਡਰ ਦੇ ਵਿੱਚ 128 ਸਾਲ ਦੇ ਪਿੱਛੋਂ ਲੰਬਾਈ ਵਧ ਹੋਣ ਕਰਕੇ ਇੱਕ ਦਿਨ ਦਾ ਫਰਕ ਪੈ ਜਾਂਦਾ ਸੀ ਉਹਨਾਂ ਨੇ ਵਿਚਾਰ ਕੀਤੀ ਵਿਚਾਰ ਚਰਚਾ ਤੋਂ ਬਾਅਦ ਜਿਹੜੇ ਸਿੱਟੇ ਉਹਨਾਂ ਦੇ ਸਾਹਮਣੇ ਰੱਖੇ ਗਏ ਜਿਸ ਦੇ ਤਹਿਤ ਰੋਮ ਨਿਵਾਸੀਆਂ ਨੇ ਆਪਣੇ ਕੈਲੰਡਰ ਦੇ ਵਿੱਚ ਸੋਧ ਕਰਦੇ ਹੋਏ 1582 ਦੇ ਵਿੱਚ 4 ਅਕਤੂਬਰ ਤੋਂ ਉਹਨਾਂ ਨੇ ਸਿੱਧਾ ਹੀ 15 ਅਕਤੂਬਰ ਦਾ ਦਿਨ ਨਿਯਤ ਕਰ ਦਿੱਤਾ ਜਿਸ ਦੇ ਵਿੱਚ 10 ਦਿਨ ਉਹਨਾਂ ਨੇ ਆਪਣੇ ਕੈਲੰਡਰ ਦੇ ਵਿੱਚੋਂ ਬਾਹਰ ਕੱਢ ਦਿੱਤੇ ਜਦੋਂ ਉਹ 10 ਦਿਨ ਉਹਨਾਂ ਨੇ ਉੱਥੇ ਬਾਹਰ ਕੱਢ ਦਿੱਤੇ ਤੇ ਜਿਹੜਾ 크ਿਸਮਸ ਡੇ ਦਾ ਤਿਹਾਰ ਸੀ ਉਹ ਆਪਣੇ ਆਪ ਹੀ 25 ਦਸੰਬਰ ਨੂੰ ਆਉਣਾ ਸ਼ੁਰੂ ਹੋ ਗਿਆ ਹੁਣ ਜਿਨ੍ਹਾਂ ਨੇ ਉਦੋਂ ਉਹਦੇ ਉੱਪਰ ਵਿਚਾਰ ਕੀਤੀ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਲਈ ਤੇ ਉਹਨਾਂ ਨੇ ਜਿਹੜਾ ਆਪਣਾ ਕੈਲੰਡਰ ਸੀ ਉਹ ਮੌਸਮ ਦੇ ਅਨੁਕੂਲ ਬਹੁਤ ਖਰਾ ਉਤਰਦਾ ਸੀ ਤੇ ਉਹਦੇ ਮੁਤਾਬਕ ਢਾਲ ਲਿਆ ਜਿਸ ਦੇ ਤਹਿਤ 25 ਦਸੰਬਰ ਦਾ ਜਿਹੜਾ ਦਿਨ ਸੀ ਉਹ ਨਿਯਤ ਕਰ ਲਿਆ ਗਿਆ ਹੁਣ ਇਹ ਜਿਹੜੀ ਸਮਝ ਹੈ ਉਹ ਇੰਗਲੈਂਡ ਨਿਵਾਸੀਆਂ ਨੂੰ 1752 ਵਿੱਚ ਜਾ ਕੇ ਲੱਗਦੀ ਹੈ ਜਦੋਂ ਉਹਨਾਂ ਨੂੰ 1752 ਵਿੱਚ ਇਸ ਗੱਲ ਦੀ ਸਮਝ ਲੱਗੀ ਕਿ ਸਾਡੇ ਵੀ ਜਿਹੜੇ ਇਤਿਹਾਰ ਨੇ ਉਹ ਇਹ ਮੌਸਮ ਦੇ ਨਾਲ ਟੁੱਟ ਰਹੇ ਨੇ ਜਾਂ ਮੌਸਮ ਦੇ ਨਾਲ ਉਹਨਾਂ ਦਾ ਫਰਕ ਪੈ ਰਿਹਾ ਏ ਤੇ ਉਹਨਾਂ ਨੇ ਉਹਨੂੰ 2 ਸਤੰਬਰ ਤੋਂ ਸਿੱਧਾ ਹੀ ਅਗਲਾ ਜਿਹੜਾ ਦਿਨ ਹੈ ਉਹ 14 ਸਤੰਬਰ ਕਰ ਲਿਆ ਜਾਨੀ ਕਿ ਲਗਭਗ 11 ਦਿਨ ਜਿਹੜੇ ਸਨ ਉਹ ਵੀ ਉਹਨਾਂ ਨੇ ਆਪਣੇ ਕੈਲੰਡਰ ਵਿੱਚੋਂ ਕੱਢ ਲਏ ਹੁਣ ਜਿਹੜੀ ਪਹਿਲੀ ਸੋਧ ਸੀ ਜਿਹੜੀ 1582 ਵਿੱਚ ਕੀਤੀ ਗਈ ਸੀ ਇਹ ਕੀਤੀ ਗਈ ਸੀ ਰੋਮ ਨਿਵਾਸੀਆਂ ਦੇ ਵੱਲੋਂ ਅਤੇ ਜਿਹੜੀ ਸੋਧ 1752 ਦੇ ਵਿੱਚ ਕੀਤੀ ਗਈ ਸੀ ਇਹ ਸੋਧ ਕੀਤੀ ਗਈ ਸੀ ਇੰਗਲੈਂਡ ਵਾਸੀਆਂ ਦੇ ਵੱਲੋਂ ਜਦੋਂ ਇਹ ਸੋਧ ਸੁਧਾਈ ਇਸ ਤਰੀਕੇ ਨਾਲ ਜਾਰੀ ਰਹੀ ਇਸ ਦੇ ਵਿੱਚ ਇਸ ਤਰੀਕੇ ਨਾਲ ਸੋਧ ਤੋਂ ਬਾਅਦ ਜਿਹੜਾ ਸਿੱਟਾ ਕੱਢਿਆ ਗਿਆ ਤਾਂ ਉਹਨਾਂ ਨੇ ਜਿੰਨੇ ਵੀ ਆਪਣੇ ਦਿਹਾੜੇ ਸਨ ਉਹ ਸਾਰੇ ਦਿਹਾੜੇ ਮੌਸਮ ਦੇ ਨਾਲ ਸਬੰਧਤ ਕਰ ਲਏ ਤੇ ਮੌਸਮ ਦੇ ਨਾਲ ਜਿਹੜੇ ਬਹੁਤ ਹੀ ਢੁਗਦੇ ਸਨ ਹੁਣ ਜਿਹੜੇ ਉਹਨਾਂ ਦੇ ਕੈਲੰਡਰ ਦੇ ਵਿੱਚ ਦਿਹਾੜੇ ਹਨ ਉਹਨਾਂ ਦੇ ਵਿੱਚ ਲਗਭਗ 3300 ਸਾਲ ਬਾਅਦ ਇੱਕ ਦਿਨ ਦਾ ਫਰਕ ਪੈਂਦਾ ਹੈ ਵੈਸੇ ਤਾਂ ਉਹਨਾਂ ਦੇ ਵਿੱਚ ਵੀ ਕਈ ਐਸੇ ਫਿਰਕੇ ਆਗੇ ਨੇ ਜਿਵੇਂ ਸਾਡੇ ਵਾਲੇ ਵੀ ਦਲੀਲ ਦਿੰਦੇ ਨੇ ਕਿ ਉਹਨਾਂ ਦੇ ਵਿੱਚ ਵੀ ਜਿਹੜੇ ਐਸੇ ਫਿਰਕੇ ਆਗੇ ਨੇ ਜਿਹੜੇ ਕਿ ਉਸ ਕੈਲੰਡਰ ਨੂੰ ਮੰਨਦੇ ਨਹੀਂ ਪਰ ਲਗਭਗ ਜਦੋਂ ਉਹਨਾਂ ਨੇ ਇਸ ਨੂੰ ਤੈਅ ਕੀਤਾ ਤਾਂ ਬਹੁ ਗਿਣਤੀ ਜਿਹੜੀ ਹੈ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾ ਦਿੱਤੀ ਕਿ ਜਿਹੜੇ ਇਹ ਸਾਰੇ ਦਿਹਾੜੇ ਸਨ ਇਹ ਇਸ ਤਰੀਕੇ ਨਾਲ ਸੈੱਟ ਕਰਨੇ ਚਾਹੀਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਨਾਨਕਸ਼ਾਹੀ ਕੈਲੰਡਰ ਦੀ ਇਹ ਹੋ ਗਏ ਸਨ ਤਿੰਨ ਜਿਵੇਂ ਚੰਦਰ ਸੂਰਜੀ ਬਿਕਰਮੀ ਕੈਲੰਡਰ ਪਹਿਲਾ ਜਿਹੜਾ ਚੰਦ ਦੇ ਆਧਾਰ ਤੇ ਚੱਲਦਾ ਹੈ ਦੂਸਰਾ ਹੈ ਸੂਰਜੀ ਬਿਕਰਮੀ ਕੈਲੰਡਰ ਜਿਹੜਾ ਕੈਲੰਡਰ ਕੇ ਸੂਰਜ ਦੇ ਆਧਾਰ ਨਾਲ ਚੱਲਦਾ ਹੈ ਤੀਸਰਾ ਕੈਲੰਡਰ ਹੈ ਜੂਲੀਅਨ ਤੇ ਗ੍ਰੈਗੋਰੀਅਨ ਜਿਹੜਾ ਪਹਿਲਾਂ ਜੂਲੀਅਨ ਸੀ ਅਤੇ ਸੋਧ ਸੁਧਾਈ ਤੋਂ ਬਾਅਦ ਉਹਨੂੰ ਗ੍ਰੈਗੋਰੀਅਨ ਦੇ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ ਹੁਣ ਅੱਗੇ ਆ ਗਿਆ ਮੂਲ ਨਾਨਕਸ਼ਾਈ ਕੈਲੰਡਰ ਜਦੋਂ ਮੂਲ ਨਾਨਕਸ਼ਾਈ ਕੈਲੰਡਰ ਦੀ ਗੱਲ ਕਰੀਏ ਜਿਹੜਾ ਕਿ ਕੈਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਸੀ ਇਹਦੇ ਵਿੱਚ ਉਹਨਾਂ ਨੇ ਜਿਹੜਾ ਕੈਲੰਡਰ ਤਿਆਰ ਕੀਤਾ ਬਹੁਤ ਹੀ ਮੌਸਮ ਦੇ ਨੇੜੇ ਸੀ ਅਤੇ ਕੁਦਰਤ ਦੇ ਨੇੜੇ ਸੀ ਜਿਹੜੀ ਕਿ ਪੰਕਤੀ ਨੂੰ ਉਹਨਾਂ ਨੇ ਗੁਰਬਾਣੀ ਵਿੱਚੋਂ ਆਧਾਰ ਬਣਾਇਆ ਹੈ ਜਦੋਂ ਅਸੀਂ ਧੰਗੁਰ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਜਿਹੜੀ ਕਿ 12ਵਾਂ ਬਾਣੀ ਤੁਖਾਰੀ ਰਾਗ ਦੇ ਵਿੱਚ ਦਰਜ ਹੈ ਜਦੋਂ ਅਸੀਂ ਤੁਖਾਰੀ ਰਾਗ ਦੇ ਵਿੱਚ ਅਸਾੜ ਦੇ ਮਹੀਨੇ ਬਾਰੇ ਪੜ੍ਹਦੇ ਹਾਂ ਜਿਸ ਨੂੰ ਕਿ ਹਾੜ ਦਾ ਮਹੀਨਾ ਕਿਹਾ ਜਾਂਦਾ ਹੈ ਉਸ ਦੇ ਵਿੱਚ ਇੱਕ ਬੜੀ ਪਿਆਰੀ ਪੰਕਤੀ ਆਉਂਦੀ ਹੈ ਰਾਤ ਫਿਰੇ ਸ਼ਾਇਆ ਧਨ ਤੱਕੈ ਟੀਂਡ ਲਵੇ ਮੰਝ ਬਾਰਾ ਇਸ ਪੰਕਤੀ ਦਾ ਅਰਥ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਹਾੜ ਦੇ ਮਹੀਨੇ ਵਿੱਚ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਤਬਦੀਲੀ ਆਉਂਦੀ ਹੈ ਹਾੜ ਦੇ ਮਹੀਨੇ ਵਿੱਚ ਰਥ ਫਿਰਦਾ ਹੈ ਜਦੋਂ ਰਥ ਫਿਰਦਾ ਹੈ ਤੇ ਹਾੜ ਦੇ ਮਹੀਨੇ ਵਿੱਚ ਜਿਹੜਾ ਜੂਨ ਦਾ ਮਹੀਨਾ ਗ੍ਰੈਗੋਰੀਅਨ ਕੈਲੰਡਰ ਦੇ ਮੁਤਾਬਕ ਆਉਂਦਾ ਹੈ ਉਸ ਦੇ ਵਿੱਚ ਜਿਹੜਾ ਜੂਨ ਦੇ ਮਹੀਨੇ ਵਿੱਚ ਦਿਨ ਆਉਂਦਾ ਹੈ ਜਿਹਨੂੰ 24 ਜੂਨ ਮੰਨਿਆ ਜਾਂਦਾ ਹੈ ਉਹ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ ਜਦੋਂ ਉਸ ਹਾੜ ਦੇ ਮਹੀਨੇ ਵਿੱਚ ਰਥ ਫਿਰਨ ਦੀ ਪ੍ਰਕਿਰਿਆ ਨੂੰ ਅਸੀਂ ਵਾਚਦੇ ਹਾਂ ਤਾਂ ਉਹ ਜਿਹੜਾ ਰੱਥ ਫਿਰਦਾ ਹੈ ਧੰਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਹਾੜ ਦੇ ਮਹੀਨੇ ਵਿੱਚ ਫਿਰਦਾ ਹੈ ਪਰ ਜਦੋਂ ਸੂਰਜੀ ਬਿਕਰਮੀ ਜਿਹੜਾ ਕੈਲੰਡਰ ਹੈ ਇਹਦੇ ਵਿੱਚ ਅਸੀਂ ਇਹਨੂੰ ਪੜਿਆ ਇਹਦੇ ਵਿੱਚ ਥੋੜਾ ਜਿਹਾ ਇਹਨੂੰ ਸਮਝਣ ਦਾ ਯਤਨ ਕੀਤਾ ਤਾਂ ਉਹਦੇ ਵਿੱਚ ਜਦੋਂ ਮੌਸਮ ਨਾਲ ਟੁੱਟਦਾ ਟੁੱਟਦਾ ਇਹ ਜਿਹੜਾ ਰੱਥ ਫਿਰਨ ਦੀ ਪ੍ਰਕਿਰਿਆ ਹੈ ਇਹ ਹਾੜ ਤੋਂ ਅਗਲੇ ਮਹੀਨੇ ਵਿੱਚ ਚਲਾ ਜਾਵੇਗਾ ਹੁਣ ਸਭ ਤੋਂ ਵੱਡੀ ਸਾਡੇ ਸਾਹਮਣੇ ਦਿੱਕਤ ਇਹ ਆਈ ਜਿਵੇਂ ਅਸੀਂ ਸਤਿਗੁਰੂ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਤਾਂ ਉਹਦੇ ਵਿੱਚ ਉਹ ਇੱਕ ਜ਼ਿਕਰ ਕਰਦੇ ਨੇ ਵਿਸਾਖ ਧੀਰਣ ਕਿਉਂ ਵਾਂਡੀਆਂ ਜਿੰਨਾ ਪ੍ਰੇਮ ਸ਼ੋ ਸਤਿਗੁਰੂ ਵਿਸਾਖ ਦੇ ਮਹੀਨੇ ਦੇ ਵਿੱਚ ਮੌਸਮ ਦੇ ਆਧਾਰ ਤੇ ਸਾਰੀਆਂ ਗੱਲਾਂ ਨੂੰ ਕੋਡ ਕਰਦੇ ਨੇ ਤੇ ਉਹਦੇ ਮੁਤਾਬਕ ਉਪਦੇਸ਼ ਕਰਦੇ ਨੇ ਜਿਵੇਂ ਅਸੀਂ ਚੇਤ ਦਾ ਮਹੀਨਾ ਪੜ੍ਹਦੇ ਆ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਹੁਣ ਜਿਹੜੀ ਰੁੱਤ ਚੇਤ ਦੇ ਮਹੀਨੇ ਵਿੱਚ ਐ ਉਸ ਰੁੱਤ ਨੂੰ ਆਧਾਰ ਬਣਾ ਕੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਉਸ ਦੇ ਆਧਾਰ ਤੇ ਨਿਰਣਾ ਤੈਅ ਕਰਦੇ ਨੇ ਹੁਣ ਇਸੇ ਤਰੀਕੇ ਦੇ ਨਾਲ ਜਦੋਂ ਕਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪUREWAL ਨੇ ਇਹਨਾਂ ਚੀਜ਼ਾਂ ਨੂੰ ਪਰਖਿਆ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਘੋਖਿਆ ਤਾਂ ਉਹਨਾਂ ਵਿੱਚ ਇੱਕ ਦਿੱਕਤ ਸਾਡੇ ਸਾਹਮਣੇ ਆਈ ਕਿ ਆਉਣ ਵਾਲੇ ਕੁਝ ਸਮੇਂ ਬਾਅਦ ਸਾਡੇ ਜਿੰਨੇ ਵੀ ਤਿਉਹਾਰ ਹਨ ਇਹ ਮੌਸਮ ਨਾਲੋਂ ਟੁੱਟ ਜਾਣਗੇ ਐਸੀ ਦਿੱਕਤ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਕੈਲੰਡਰ ਤਿਆਰ ਕੀਤਾ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 2003 ਦੇ ਵਿੱਚ ਲਾਗੂ ਕਰ ਦਿੱਤਾ ਗਿਆ ਪਰ ਉਹਦੇ ਵਿੱਚ ਤਿੰਨ ਜਿਹੜੀਆਂ ਤਰੀਕਾਂ ਸਨ ਉਹਨਾਂ ਨੂੰ ਨਹੀਂ ਬਦਲਿਆ ਗਿਆ ਬਾਕੀ ਸਾਰੀਆਂ ਤਰੀਕਾਂ ਨੂੰ ਉਹਦੇ ਵਿੱਚ ਜਿਹੜਾ ਕੈਨੇਡਾ ਨਿਵਾਸੀ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ ਉਹਨਾਂ ਮੁਤਾਬਕ ਉਹਨਾਂ ਨੂੰ ਰੱਖ ਲਿਆ ਗਿਆ ਹੁਣ ਉਹ ਤਿੰਨ ਤਰੀਕਾਂ ਕਿਹੜੀਆਂ ਸਨ ਇੱਕ ਸੀ ਉਹਦੇ ਵਿੱਚ ਹੋਲਾ ਮਹੱਲਾ ਦੂਜਾ ਸੀ ਉਹਦੇ ਵਿੱਚ ਬੰਦੀ ਛੋੜ ਜਿਹਨੂੰ ਆਪਾਂ ਦਿਵਾਲੀ ਕਹਿੰਦੇ ਹਾਂ ਤੇ ਤੀਜਾ ਸੀ ਉਹਦੇ ਵਿੱਚ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਇਹਨਾਂ ਤਿੰਨਾਂ ਤਰੀਕਾਂ ਨੂੰ ਆਉਣ ਵਾਲੇ 2020 ਤੱਕ ਕੋਈ ਛੇੜਛਾੜ ਨਾ ਕਰਨ ਬਾਰੇ ਕਿਆ ਗਿਆ ਅਤੇ ਬਾਕੀ ਸਾਰਿਆਂ ਨੂੰ ਜਿਹੜੀਆਂ ਕਿ ਸਰਦਾਰ ਪਾਲ ਸਿੰਘ ਨੇ ਤੈਅ ਕੀਤੀਆਂ ਸਨ ਉਹਨਾਂ ਦੇ ਮੁਤਾਬਕ ਉਹਨਾਂ ਸਾਰੀਆਂ ਤਰੀਖਾਂ ਨੂੰ ਉਹਦੇ ਵਿੱਚ ਦਰਜ ਕਰ ਲਿਆ ਜਾਂਦਾ ਹੈ ਹੁਣ ਬੜੀ ਤਰਾਸਦੀ ਦੀ ਗੱਲ ਹੈ ਸਾਰੇ ਪਾਸੇ ਵੈਸੇ ਤਾਂ ਉਸ ਵਕਤ ਖੁਸ਼ੀ ਦੀ ਲਹਿਰ ਦੌੜ ਗਈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਹੀ ਆਵੇਗਾ ਵਿਦੇਸ਼ਾਂ ਦੇ ਵਿੱਚ ਵੀ ਇਸ ਗੱਲ ਬਾਰੇ ਬਹੁਤ ਖੁਸ਼ੀ ਦੀ ਲਹਿਰ ਜਿਹੜੀ ਹੈ ਉਹਨਾਂ ਦੇ ਵਿੱਚ ਪਾਈ ਗਈ ਪਰ ਉਸ ਤੋਂ ਬਾਅਦ ਅਚਾਨਕ 2009 ਦੇ ਵਿੱਚ ਉਸ ਕੈਲੰਡਰ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਜਦੋਂ ਉਸ ਕਲੈਂਡਰ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਹਦੀ ਜਗ੍ਹਾ ਤੇ ਫਿਰ ਤੋਂ ਜੋ ਪ੍ਰਾਣੀਆਂ ਮਨਾਉਂਤਾ ਸਾਡੇ ਵਿੱਚ ਚਲਦੀਆਂ ਆਉਂਦੀਆਂ ਸਨ ਫਿਰ ਤੋਂ ਉਹ ਪ੍ਰਾਣੀਆਂ ਮਨਾਉਂਤਾ ਸਿੱਖ ਪੰਥ ਦੇ ਉੱਪਰ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਤਹਿਤ ਤਿੰਨ ਫੇਰ ਤਰੀਕਾਂ ਦੀ ਜਿਹੜੀ ਹੈ ਉਹ ਤਬਦੀਲੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ ਉਹ ਜੇੜ ਸੁਦੀ ਚਾਰ ਨੂੰ ਮਨਾਉਣ ਦਾ ਫਿਰ ਤੋਂ ਫੈਸਲਾ ਕੀਤਾ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗਦੀ ਪੂਰਬ ਹੈ ਉਹਨੂੰ ਵੀ ਉਸ ਦੇ ਮੁਤਾਬਕ ਮਨਾਉਣ ਦਾ ਫੈਸਲਾ ਕੀਤਾ ਗਿਆ ਇਸ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੂਰਵ ਹੈ ਜਿਸ ਦੇ ਬਾਬਤ ਆਪਾਂ ਪਿਛੇ ਵਿਚਾਰ ਕਰ ਚੁੱਕੇ ਹਾਂ ਉਸ ਨੂੰ ਵੀ ਜਿਹੜਾ ਚੰਦਰ ਦੇ ਆਧਾਰ ਤੇ ਕੈਲੰਡਰ ਹੈ ਜਿਹਦੇ ਆਏ ਸਾਲ 11 ਦਿਨ ਛੋਟੇ ਹਨ ਜਿੰਨੂੰ ਬਾਅਦ ਘਾਟ ਬਾਅਦ ਵਿੱਚ ਪਿੱਛੋਂ ਕਰਕੇ ਫਿਰ ਸੂਰਜੀ ਸਾਲ ਦੇ ਬਰਾਬਰ ਖੜਿਆ ਜਾਂਦਾ ਹੈ ਉਹ ਫਿਰ ਚੰਦਰਮਾ ਦੇ ਆਧਾਰ ਤੇ ਤੈਅ ਕਰ ਦਿੱਤੀਆਂ ਗਈਆਂ ਜਿਹੜੀਆਂ ਤਰੀਕਾ ਫਿਕਸ ਕਰਨ ਦੀ ਗੱਲ ਹੈ ਜਿਹੜੀਆਂ ਤਰੀਕਾ ਪੱਕੀਆਂ ਕਰਨ ਦੀ ਗੱਲ ਹੈ ਜਿੰਨਾ ਤਰੀਕਾ ਨੂੰ ਮੌਸਮ ਦੇ ਆਧਾਰ ਦੇ ਨਾਲ ਪੱਕਾ ਕਰ ਦਿੱਤਾ ਜਿਹੜਾ ਸਰਦਾਰ ਪਾਲ ਸਿੰਘ ਪੂਰੇਵਾਲ ਦੁਆਰਾ ਤਿਆਰ ਕੀਤਾ ਗਿਆ ਹੈ ਉਸ ਦੇ ਵਿੱਚ 3300 ਸਾਲ ਦੇ ਪਿਛੋਂ ਇੱਕ ਦਿਨ ਦਾ ਫਰਕ ਆਉਂਦਾ ਸੀ ਜਿਹੜਾ ਹੁਣ ਵਾਲਾ ਹੈ ਜਿਹਦੇ ਆਧਾਰ ਤੇ ਤਰੀਕਾ 2009 ਤੋਂ ਬਾਅਦ ਚ ਜਿਨ੍ਹਾਂ ਨੂੰ ਲਾਗੂ ਕੀਤਾ ਗਿਆ ਉਸ ਦੇ ਆਧਾਰ ਤੇ ਆਏ ਸਾਲ 11 ਦਿਨ ਦਾ ਫਰਕ ਪੈ ਜਾਂਦਾ ਹੈ ਹੁਣ ਇਹ ਫੈਸਲਾ ਸੰਗਤ ਨੇ ਆਪ ਕਰਨਾ ਹੈ ਕਿ ਅਸੀਂ ਕਿੰਨੀਆਂ ਚੀਜ਼ਾਂ ਨੂੰ ਮੰਨਣਾ ਹੈ ਜਿਹੜੀਆਂ ਚੀਜ਼ਾਂ ਸਾਇੰਸ ਦੇ ਆਧਾਰ ਤੇ ਖਰੀਆਂ ਉੱਤਰਦੀਆਂ ਹਨ ਅਸੀਂ ਉਹਨਾਂ ਨੂੰ ਮੰਨਣਾ ਹੈ ਜਾਂ ਜਿਹੜੀਆਂ ਚੀਜ਼ਾਂ ਆਏ ਸਾਲ ਕਈ-ਕਈ ਦਿਨਾਂ ਦੇ ਫਰਕ ਦੇ ਨਾਲ ਉਹ ਸਾਡੇ ਇਤਿਹਾਸ ਵਿੱਚ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਮੰਨਣਾ ਹੈ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਜਦੋਂ ਅਸੀਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਬਾਬਤ ਆਏ ਸਾਲ ਹੀ ਪੰਥ ਦੇ ਵਿੱਚ ਬਹੁਤ ਵਾਰ ਐਸੀਆਂ ਚੀਜ਼ਾਂ ਪਾਈਆਂ ਜਾਂਦੀਆਂ ਹਨ ਕਿ ਕਦੀ ਕਿਸੇ ਕਮੇਟੀ ਨੇ ਕਿਸੇ ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਉਹਨੂੰ ਮਨਾਇਆ ਕਦੀ ਕਿਸੇ ਨੇ ਕਿਉਂਕਿ ਇਹਦੇ ਬਾਬਤ ਤਿੰਨ ਤਰੀਕਾ ਮਿਲਦੀਆਂ ਨੇ ਜਿਹੜਾ ਕੈਲੰਡਰ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਗਿਆ ਸੀ ਇਹਦੇ ਵਿੱਚ ਜਿਹੜੀਆਂ ਉਹਨਾਂ ਨੇ ਤਰੀਕਾਂ ਲਈਆਂ ਸਨ ਉਹ ਤਰੀਕਾਂ ਪ੍ਰਵਿਸ਼ਟੀਆਂ ਤੋਂ ਲਈਆਂ ਸਨ ਜਿਵੇਂ ਉਦਾਹਰਨ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ 23 ਪੋਹ ਦਾ ਹੈ ਉਹਨਾਂ ਨੇ ਉਸ 23 ਪੋਹ ਦੀ ਤਰੀਕ ਨੂੰ ਆਧਾਰ ਬਣਾਇਆ ਉਸ 23 ਪੋਹ ਦੀ ਤਰੀਕ ਦੇ ਆਧਾਰ ਤੇ 5 ਜਨਵਰੀ ਦਾ ਦਿਨ ਪੱਕਾ ਨਿਯਤ ਕਰ ਦਿੱਤਾ ਕਿ ਆਉਣ ਵਾਲੇ 3300 ਸਾਲ ਬਾਅਦ 3300 ਸਾਲ ਤੱਕ ਲਗਭਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੂਰਵ 5 ਜਨਵਰੀ ਨੂੰ ਹੀ ਆਵੇਗਾ ਅਤੇ 5 ਜਨਵਰੀ ਹੀ ਪੱਕਾ ਉਹਨਾਂ ਨੇ ਦਿਨ ਨਿਯਤ ਕਰ ਦਿੱਤਾ ਇਸੇ ਦੇ ਤੌਰ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੋਤੀ ਜੋਤ ਦਿਵਸ ਹੈ ਉਹ 22 ਸਤੰਬਰ ਨੂੰ ਤੈਅ ਕਰ ਦਿੱਤਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੋਤੀ ਜੋਤ ਪੁਰਬ ਹੈ ਉਹ ਆਉਣ ਵਾਲੇ ਕਈ ਸਾਲਾਂ ਤੱਕ ਜਿਹੜਾ ਹੈ ਉਹ 22 ਸਤੰਬਰ ਨੂੰ ਹੀ ਇਸ ਦੇ ਬਾਬਤ ਬਹੁਤ ਵਾਰ ਖੁਸ਼ੀ ਦੀ ਲਹਿਰ ਵੀ ਦੌੜੀ ਬੜਿਆਂ ਨੇ ਇਸ ਗੱਲ ਦੇ ਬਾਰੇ ਬਹੁਤ ਖੁਸ਼ੀ ਜਤਾਈ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਇਹਨਾਂ ਜਿਹੜੀਆਂ ਤਰੀਕਾਂ ਹਨ ਇਹਨਾਂ ਨੂੰ ਫੇਰ ਕਤਲ ਕਰ ਦਿੱਤਾ ਗਿਆ ਜਿਸ ਦੇ ਤਹਿਤ ਇਸ ਵਾਰ ਬੜੀ ਹੈਰਾਨੀ ਹੋਈ ਪੜ ਕੇ ਕਿ ਸ਼੍ਰੋਣੀ ਕਮੇਟੀ ਦੁਆਰਾ ਜਿਹੜਾ ਨਾਨਕਸ਼ਾਹੀ ਕੈਲੰਡਰ ਸੰਮਤ 550 ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਹੋਲੇ ਮਹੱਲੇ ਦੀ ਤਾਰੀਖ ਮਿਲਦੀ ਨਹੀਂ ਹੁਣ ਕਿੱਡੀ ਦੁੱਖਦਈ ਗੱਲ ਹੈ ਕਿ ਜਿਹੜਾ ਹੋਲਾ ਮਹੱਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਆਪ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਸਿੱਖਾਂ ਦੇ ਬਾਰੇ ਬਣੀਆਂ ਗਾਥਾਵਾਂ ਪ੍ਰਚਲਿਤ ਹਨ ਅਤੇ ਇਤਿਹਾਸ ਦੀਆਂ ਕਿਤਾਬਾਂ ਤੇ ਉਹ ਡੇਟ ਉੱਕਰੀ ਹੋਈ ਹੈ ਪਰ ਜਿਹੜਾ ਕੈਲੰਡਰ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਉਸ ਦੇ ਵਿੱਚ ਜਿਹੜੀ ਇਹ ਤਾਰੀਖ ਹੈ ਉਹ ਬਿਲਕੁਲ ਬਾਹਰ ਕੱਢ ਦਿੱਤੀ ਗਈ ਹੈ ਕਿਉਂਕਿ ਉਹਦੇ ਵਿੱਚ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ ਸਾਨੂੰ ਸਾਰੇ ਨੂੰ ਚਾਹੀਦਾ ਹੈ ਕਿ ਅਸੀਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਇਤਿਆਦਿਕ ਜਿੰਨੇ ਵੀ ਗੁਰੂ ਸਾਹਿਬ ਹਨ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਤਰੀਕਾਂ ਹਨ ਉਹਨਾਂ ਨੂੰ ਪੱਕੀਆਂ ਕਰੀਏ ਜਿਹੜੀ ਗੱਲ ਤਨਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਬਾਣੀ ਦੇ ਵਿੱਚ ਕਹਿੰਦੇ ਹਨ ਜਾਂ ਜਿਹੜੇ ਕੁਦਰਤ ਦੇ ਅਨੁਸਾਰ ਜਾਂ ਜਿਹੜੇ ਮੌਸਮ ਦੇ ਅਨੁਸਾਰ ਸਾਡੇ ਤਿਹਾਰ ਹਨ ਅਸੀਂ ਇਹਨਾਂ ਨੂੰ ਪੱਕਾ ਕਰਨ ਦਾ ਯਤਨ ਕਰੀਏ ਇਹ ਪੱਕੇ ਤਾਂ ਹੀ ਹੋ ਸਕਦੇ ਹਨ ਜੇ ਅਸੀਂ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਡੱਟ ਕੇ ਪਹਿਰਾ ਦਈਏ ਸਾਨੂੰ ਸਾਰਿਆਂ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਇਸ ਕੈਲੰਡਰ ਦੇ ਨਾਲ ਦੇ ਨਾਲ ਅਸੀਂ ਜਦੋਂ ਵਿਚਾਰ ਚਰਚਾ ਬਾਰੇ ਵੈਸੇ ਤਾਂ ਹੋਣਾ ਇਸ ਤਰੀਕੇ ਨਾਲ ਚਾਹੀਦਾ ਹੈ ਕਿ ਜੇ ਤੁਹਾਨੂੰ ਉਹਦੇ ਵਿੱਚ ਕੋਈ ਸੋਧ ਸੁਧਾਈ ਲੱਗਦੀ ਹੈ ਜਾਂ ਉਹਦੇ ਵਿੱਚ ਕੋਈ ਗੜਬੜ ਲੱਗਦੀ ਹੈ ਤਾਂ ਤੁਸੀਂ ਪੰਥਕ ਵਿਦਵਾਨਾਂ ਦੀ ਇੱਕ ਮੀਟਿੰਗ ਬੁਲਾ ਕੇ ਤੇ ਉਹਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਪਰ ਜਿਨ੍ਹਾਂ ਨੇ ਤਿਆਰ ਕੀਤਾ ਹੈ ਉਹਨਾਂ ਨੂੰ ਪੁੱਛੇ ਤੋਂ ਬਗੈਰ ਸਾਰਾ ਕੁਝ ਤਬਦੀਲ ਕੀਤਾ ਜਾਂਦਾ ਹੈ ਇਹ ਸਾਡੀ ਕੌਮ ਦਾ ਇੱਕ ਬੜਾ ਦੁਖਦਾਈ ਪਹਿਲੂ ਹੈ ਇਹ ਮੈਨਾ ਮਾਨਣ ਵਾਲੀ ਰੱਟ ਪਹਿਲਾਂ ਵੀ ਚੱਲਦੀ ਆਈ ਹੈ ਤੇ ਅੱਜ ਵੀ ਸਾਡੇ ਪੰਥ ਵਿੱਚ ਉਸੇ ਹੀ ਤਰੀਕੇ ਨਾਲ ਲਗਾਤਾਰ ਚੱਲ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਆਪ ਇਹਨਾਂ ਚੀਜ਼ਾਂ ਨੂੰ ਪੜ੍ਹੀਏ ਸਮਝੀਏ ਅਤੇ ਜਾਣਨ ਦਾ ਯਤਨ ਕਰੀਏ ਇਤਨੀਆਂ ਕਿ ਬੇਨਤੀਆਂ ਪ੍ਰਵਾਨ ਅੰਤ ਵਿੱਚ ਬਲਾਫ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ